ਜਦੋਂ ਮੈਂ ਇੱਥੇ ਇਲੈਕਸ਼ਨ ਲੜ ਰਿਹਾ ਸੀ ਤਾਂ ਮੈਂਬਰ ਪਾਰਲੀਮੈਂਟ ਮੇਰੇ ਇੱਕ ਦਿਨ ਵੀ ਨਹੀਂ ਆਇਆ, ਕੋਈ ਸਾਡੇ ਸਾਥੀ ਇੱਕ ਦਿਨ ਵੀ ਸਪੋਰਟ ਨਹੀਂ ਕਰਨ ਆਏ, ਇੱਕ ਦਿਨ ਵੀ ਸਪੋਰਟ ਨਹੀਂ ਕਰਨ ਆਏ। ਅਤੇ ਅੱਜ ਮੈਨੂੰ ਟਿਕਟ ਮਿਲੀ ਆ ਆਮ ਆਦਮੀ ਪਾਰਟੀ। ਦੇਖੋ ਮੇਰੇ ਭਰਾ ਸਕਿਆਂ ਭਰਾਵਾਂ ਤੋਂ ਵੱਧ ਮੇਰੇ ਦੋਸਤ, ਆਪਣੇ ਸਾਰੇ MLA ਦੋਸਤਾਂ ਵਾਂਗੂ, ਮੇਰੇ ਮਿੱਤਰਾਂ ਵਾਂਗੂ ਪਾਰਟੀ, ਅਤੇ ਅੱਜ ਪੂਰੀ ਪਾਰਟੀ ਮੇਰੇ ਲਈ ਰਾਤ ਦਿਨ ਇੱਕ ਕਰ ਰਹੀ ਹੈ। 2019 'ਚ ਤੁਸੀਂ ਡਾਕਟਰ ਅਮਰ ਸਿੰਘ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਹੋਊਗਾ, ਉਦੋਂ ਉਹਨਾਂ ਵਾਸਤੇ ਤੁਸੀਂ ਵੋਟਾਂ ਵੀ ਮੰਗੀਆਂ ਹੋਣਗੀਆਂ। ਰਾਜਨੀਤੀ ਹਾਲਾਂਕਿ ਕਹਿੰਦੀ ਹੁੰਦੀ ਹੈ ਕਿ ਕੁਛ ਵੀ ਦਿਖਾ ਸਕਦੀ ਹੈ, ਰਾਜਨੀਤੀ ਦੇ ਵਿੱਚ ਕੁਛ ਵੀ ਸੰਭਵ ਹੋ ਸਕਦਾ ਹੈ, ਤਾਂ ਹੁਣ ਡਾਕਟਰ ਅਮਰ ਸਿੰਘ ਨੂੰ ਆਪਣੇ ਸਾਹਮਣੇ ਆਪਣਾ ਓਪੋਜ਼ਿਟ ਉਮੀਦਵਾਰ ਤੁਸੀਂ ਕਿਹਾ? ਪਹਿਲੀ ਵਾਰੀ ਹੋਇਆ 70-75 ਸਾਲ ਦੇ, ਚਾਹੇ ਲੋਕਾਂ ਨੇ ਵੱਖ ਵੱਖ ਚੀਫ ਮਿਨਿਸਟਰ ਰਹੇ ਆ, ਪਰ 2 ਸਾਲ ਦੇ ਵਿੱਚ ਜੋ ਕਿਸਾਨਾਂ ਲਈ, ਗਰੀਬਾਂ ਲਈ, ਮਤਲਬ ਪੂਰੇ ਪੰਜਾਬ ਲਈ ਲੋਕ ਉਹਨਾਂ ਨੇ ਕੀਤਾ, ਉਹ ਕਿਸੇ ਨੇ ਵੀ ਨਹੀਂ ਕੀਤਾ। ਉਹ ਹਿਸਟਰੀ ਪਾਰਟੀ ਨੂੰ ਤੁਸੀਂ ਛੱਡ ਕੇ ਆਏ ਹੋ, ਉਹਨਾਂ ਦੇ ਹੀ ਉਮੀਦਵਾਰ, ਉਹਨਾਂ ਦੇ ਹੀ ਜਿਹੜੇ ਪ੍ਰਧਾਨ ਹੋਣ ਜਾਂ ਉਹਨਾਂ ਦੇ ਵੀ ਸੀਨੀਅਰ ਲੀਡਰ ਹੋਣ, ਉਹ ਲਗਾਤਾਰ ਆਮ ਆਦਮੀ ਪਾਰਟੀ ਨੂੰ ਕੋਸਦੇ ਹੋਏ ਨਜ਼ਰ ਆਉਂਦੇ ਨੇ। ਕਹਿੰਦੇ ਕਿ ਕੀਤਾ ਕੁਛ ਨਹੀਂ, ਸਿਰਫ ਜੁਮਲੇਬਾਜ਼ੀਆਂ ਨੇ, ਸਿਰਫ ਦਿਖਾਵੇ ਨੇ, ਸਿਰਫ ਇਹਨਾਂ ਦੇ ਵੱਲੋਂ ਐਡਵਰਟੀਜ਼ਮੈਂਟਸ ਕੀਤੀਆਂ ਗਈਆਂ ਨੇ। ਕਹਿੰਦੇ ਹਕੀਕਤ ਦੇ ਵਿੱਚ ਕੁਛ ਵੀ ਨਹੀਂ ਕੀਤਾ ਗਿਆ। ਮੈਂ ਦੱਸਦਾ ਜੀ, ਜਿਹੜਾ 90% ਲੋਕਾਂ ਨੂੰ ਬਿੱਲ ਜ਼ੀਰੋ ਆਉਂਦਾ ਉਹ ਐਵੇਂ ਹੈ, ਜਿਹੜੇ ਸਕੂਲ ਐਜੂਕੇਸ਼ਨ ਵਧੀਆ ਉਹ ਐਵੇਂ ਹੈ, ਜਿਹੜੇ ਚੰਗੀ ਮੁਹੱਲਾ ਕਲੀਨਿਕ ਮਾਰ ਰਹੇ, ਲੋਕਾਂ ਨੂੰ ਦਵਾਈ ਫ੍ਰੀ ਮਿਲ ਰਹੀ ਹੈ, ਉਹ ਐਵੇਂ ਹੈ। ਕੀ GP ਉਹਨਾਂ ਨੂੰ ਤੁਸੀਂ ਆਪਣੇ ਪਲਕਾਂ 'ਤੇ ਬਿਠਾ ਲਿਆ, ਹੱਥਾਂ 'ਚ ਚੱਕ ਲਿਆ? ਸਰ, ਅਸੀਂ ਨਾ ਫਤਿਹਗੜ੍ਹ ਸਾਹਿਬ ਲੋਕ ਸਭਾ ਵਾਲੇ ਖੁਸ਼ਨਸੀਬ ਬਹੁਤ ਹੈ ਜੀ, ਹਾਲੇ GP ਸਾਹਿਬ ਜੁਆਇਨ ਵੀ ਨਹੀਂ ਹੋਏ ਸੀਗੇ ਆਮ ਆਦਮੀ ਪਾਰਟੀ। ਅਸੀਂ ਬੈਠ ਕੇ ਜਦੋਂ ਚਰਚਾ ਕਰਦੇ ਸੀ ਵੀ ਇਸ ਲੋਕ ਸਭਾ 'ਚੋਂ ਸਭ ਤੋਂ ਵਧੀਆ ਉਮੀਦਵਾਰ ਕੌਣ ਹੋਊਗਾ, ਤਾਂ ਸਰਵਸੰਮਤੀ ਨਾਲ GP ਸਾਹਿਬ ਦਾ ਨਾਮ ਆਉਂਦਾ ਸੀਗਾ। ਤਾਂ ਕਾਰਨ ਇਹ ਹੈ ਕਿ GP ਸਾਹਿਬ ਦੀ ਛਵੀ ਬਹੁਤ ਚੰਗੀ ਹੈ ਕਾਂਗਰਸ। ਰਾਹੁਲ ਗਾਂਧੀ ਜੀ ਨਾਲ ਪੈਦਲ ਯਾਤਰਾ, ਜਿਹਦੀ ਡੈਥ ਹੋਈ ਹੋਵੇ, ਮੌਤ ਹੋਈ ਹੋਵੇ, ਅੱਜ ਉਹਦੇ ਪਰਿਵਾਰ ਨੂੰ ਪਾਰਟੀ ਛੱਡਣੀ ਪੈ ਰਹੀ ਹੈ, ਅਤੇ ਇਸ ਤੋਂ ਆਪਾਂ ਕੀ ਇਸ ਤੋਂ ਵੱਧ ਕੀ ਕਰ ਸਕਦੇ? ਅਤੇ ਦੇਖ ਲਓ ਵੀ ਪਾਰਟੀ ਕਿੱਥੇ ਜਾ ਸਕਦੀ ਹੈ, ਫਿਰ ਪਾਰਟੀ ਕਿਵੇਂ ਰਹੂਗੀ ਜਦੋਂ ਆਪਾਂ ਤੁਹਾਡੇ ਨਾਲ ਸਾਥੀ ਤੁਹਾਡਾ ਉਹਦੀ ਮੌਤ ਹੋ ਜਾਂਦੀ ਹੈ, ਤੁਸੀਂ ਉਹਦੇ ਪਰਿਵਾਰ ਨੂੰ ਪੁੱਛਦੇ ਵੀ ਨਹੀਂ ਗੇ, ਅੱਜ ਤੁਸੀਂ ਹੋਰ ਉਤਾਰ ਦਿੰਦੇ ਹੋ, ਕਦੇ ਚੰਨੀ ਨੂੰ ਲੜਾਉਣ ਦੀ, ਭਜਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋ, ਕਦੇ ਚਮਕਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋ, ਕਦੇ ਤੁਸੀਂ ਜੰਦਰ ਭੇਜਦੇ ਹੋ। ਮੇਰੇ ਹਿਸਾਬ ਨਾਲ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰਨਗੇ, ਅਤੇ ਲੋਕ ਮੇਰੇ ਹਿਸਾਬ ਨਾਲ ਬਰੰਗੀ ਮੋੜਨਗੇ। ਸਾਨੂੰ ਅੱਜ ਤੱਕ ਕੋਈ ਵਧੀਆ MP ਮਿਲੇ ਨਹੀਂ ਸੀਗਾ, ਇਹ ਪਹਿਲਾਂ MLA ਵੀ ਰਹੇ ਨੇ, ਅਤੇ ਇਹਨਾਂ ਨੂੰ ਪਤਾ ਇਹ ਸਾਰੀਆਂ ਚੀਜ਼ਾਂ ਦਾ, ਅਤੇ ਸਾਡੇ ਹਲਕੇ ਬਾਰੇ ਪੂਰਾ ਜਾਣੂ ਨੇ ਇਹ, ਸਾਨੂੰ ਬਹੁਤ ਉਮੀਦਾਂ ਨੇ, ਸਾਡੇ ਉਮੀਦਾਂ ਦੇ ਖਰੇ ਉਤਰਨਗੇ ਜੀ। ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਹਾਂ। ਹਾਲਾਂਕਿ ਸਿਆਸੀ ਅਖਾੜਾ ਜਿਸ ਤਰੀਕੇ ਨਾਲ ਭਗਦਾ ਨਜ਼ਰ ਆ ਰਿਹਾ, ਤਾਂ ਉਸੇ ਤਰੀਕੇ ਦੇ ਨਾਲ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਦੇ ਵੱਲੋਂ ਹੁਣ ਕੀਤਾ ਜਾ ਰਿਹਾ। ਸਾਡੇ ਨਾਲ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ GP ਹੋਣੀ ਮੌਜੂਦ ਨੇ, ਗੱਲਬਾਤ ਕਰਦੇ ਨਾਲ ਵਿਧਾਇਕ ਸਾਹਿਬ ਵੀ ਮੌਜੂਦ ਨੇ। GP ਜੀ, ਕਿਵੇਂ ਵੇਖ ਰਹੇ ਹੋ? ਹਾਲਾਂਕਿ ਤਾਪਮਾਨ ਦੇ ਵਿੱਚ ਤਾਂ ਲਗਾਤਾਰ ਵਾਧਾ ਹੀ ਜਾ ਰਿਹਾ, ਬਹੁਤ ਗਰਮੀ ਹੋ ਰਹੀ ਹੈ, ਕਿੰਨਾ ਕੁ ਤੁਹਾਨੂੰ ਔਖਾ ਲੱਗ ਰਿਹਾ ਇਸ ਵੇਲੇ ਪ੍ਰਚਾਰ ਕਰਨਾ? ਕੱਲ੍ਹ ਸਾਡੇ ਬਹੁਤ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਕੱਲ੍ਹ ਫਤਿਹਗੜ੍ਹ ਸਾਹਿਬ 'ਚ ਆ ਕੇ ਗਏ ਹੈ, ਅਤੇ ਬਹੁਤ ਵਧੀਆ ਉੱਥੇ ਇਕੱਠ ਹੋਇਆ ਲੋਕ, ਬਹੁਤ ਲੋਕ ਆਏ ਭਗਵੰਤ ਮਾਨ ਜੀ ਨੂੰ ਸੁਣਨ ਲਈ। ਸਹੀ ਮੈਨੇ 2 ਸਾਲ ਦੇ ਵਿੱਚ ਜੋ ਕਾਰਜਕਾਰੀ ਭਗਵੰਤ ਮਾਨ ਜੀ ਦੀ ਰਹੀ ਹੈ ਉਹ ਪੂਰੇ ਸਲੰਘਾ ਜੋ ਰਹੀ ਹੈ, ਬਹੁਤ ਵਧੀਆ ਕੰਮ ਕੀਤੇ ਹੈ। ਅਤੇ ਕੱਲ੍ਹ ਬਾਰਿਸ਼ ਵੀ ਪਈ ਹੈ, ਬਹੁਤ ਮੌਸਮ ਝੱਖੜ ਗੜੇ ਪਏ ਉਹ ਰੈਲੀ 'ਚ, ਪਰ ਮੈਂ ਦੱਸਦਾ ਭਗਵੰਤ ਮਾਨ ਜੀ ਲੋਕ ਇੰਨਾ ਪਿਆਰ ਕਰਦੇ ਆ, ਕੋਈ ਵੀ ਆਪਦੀ ਸੀਟ ਤੋਂ ਹਿੱਲ ਕੇ ਨਹੀਂ ਗਿਆ, ਕੋਈ ਕੁਰਸੀ ਤੋਂ ਨਹੀਂ ਉੱਠਿਆ। ਉਹਨਾਂ ਨੇ ਬਾਅਦ 15-20 ਮਿੰਟ ਵੇਟ ਲੋਕਾਂ ਨੇ ਕੀਤੀ, ਅਤੇ ਉਹਨਾਂ ਤੋਂ ਬਾਅਦ ਜੋ ਭਾਸ਼ਣ ਸੀਗਾ ਭਗਵੰਤ ਮਾਨ ਜੀ ਦਾ ਉਹ ਲੋਕ ਸੁਣ ਕੇ ਗਏ ਆ।
ਕਿਉਂਕਿ ਲੋਕ ਅੱਜ ਉਹਨਾਂ ਨੂੰ ਸੁਣਨਾ ਚਾਹੁੰਦੇ ਆ, ਕਿਉਂਕਿ ਉਹ ਪਹਿਲੀ ਵਾਰੀ ਹੋਇਆ 70-75 ਸਾਲ ਦੇ, ਚਾਹੇ ਲੋਕਾਂ ਨੇ ਵੱਖ ਵੱਖ ਚੀਫ ਮਿਨਿਸਟਰ ਰਹੇ ਆ, ਪਰ 2 ਸਾਲ ਦੇ ਵਿੱਚ ਜੋ ਕਿਸਾਨਾਂ ਲਈ, ਗਰੀਬਾਂ ਲਈ, ਮਤਲਬ ਪੂਰੇ ਪੰਜਾਬ ਲਈ ਲੋਕ ਉਹਨਾਂ ਨੇ ਕੀਤਾ, ਉਹ ਕਿਸੇ ਨੇ ਵੀ ਨਹੀਂ ਕੀਤਾ। ਉਹ ਹਿਸਟਰੀ 'ਚ ਅੱਜ ਰਿਕਾਰਡ ਪੈਦਾ ਕਰਤਾ, ਤਾਂ ਹੀ ਲੋਕ ਪਿਆਰ ਕਰ ਰਹੇ ਆ। ਜੇ ਅਸੀਂ ਇੱਥੋਂ ਦੀ ਗੱਲ ਕਰੀਏ, ਜੇ ਮੁੱਦਿਆਂ ਦੀ ਗੱਲ ਕਰੀਏ, ਤਾਂ ਲੋਕ ਕਹਿੰਦੇ ਕਿ ਡਿਵੈਲਪਮੈਂਟ ਹੀ ਇਸ਼ੂ ਹੈ, ਬਾਕੀ ਤਾਂ ਹੋਰ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਕੁਛ ਖਾਸ ਇਸ਼ੂਜ਼ ਲੋਕਾਂ ਨੂੰ ਨਜ਼ਰ ਨਹੀਂ ਆਉਂਦੇ। ਜੇ ਤੁਹਾਨੂੰ ਇੱਥੋਂ ਦੀ ਲੋਕ ਚੁਣ ਕੇ MP ਭੇਜਦੇ ਹਾਂ, ਤੁਸੀਂ ਪਾਰਲੀਮੈਂਟ ਤੱਕ ਪਹੁੰਚਦੇ ਹੋ, ਤਾਂ ਸਭ ਤੁਹਾਡੀਆਂ ਪ੍ਰਾਇਓਰਟੀਜ਼ ਕੀ ਰਹਿਣਗੀਆਂ ਜੀ? ਮੇਰੀ ਪ੍ਰਾਇਓਰਟੀ ਜੀ ਹੈ ਜੀ, ਕਿਉਂਕਿ ਮਾਤਾ ਗੁਜਰ ਕੌਰ ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਇੱਥੇ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡਾ ਇਤਿਹਾਸ ਹੈ, ਬੜੀ ਸ਼ਹਾਦਤ ਵਾਲੀ ਧਰਤੀ ਹੈ, ਪਵਿੱਤਰ ਧਰਤੀ ਹੈ। ਅਤੇ ਆਉਣ ਵਾਲੇ ਟਾਈਮ ਜਿਵੇਂ ਟੂਰਿਸਟ ਆਪਾਂ ਹੱਬ ਇੱਕ ਹੈਰੀਟੇਜ, ਫਤਿਹਗੜ੍ਹ ਹੈਰੀਟੇਜ ਆਪਾਂ ਬਣਾਵਾਂਗੇ, ਅਤੇ ਪਰਮਾਤਮਾ ਸੁੱਖ ਰੱਖੇ ਜਿਹੜਾ ਸਾਡਾ ਇੰਡੀਆ ਗਰੁੱਪ ਬਣਿਆ, ਅਤੇ ਉਹਦੇ ਵਿੱਚ ਅਸੀਂ ਪਾਰਟੀਸਪੇਟ ਕਰ ਰਹੇ ਹਾਂ, ਅਤੇ ਸਾਨੂੰ ਪੂਰੀ ਆਸ ਹੈ ਜਿਵੇਂ ਲੋਕ ਭਗਵੰਤ ਮਾਨ ਜੀ ਨੂੰ ਲੋਕ ਪੰਜਾਬ 'ਚ ਪਿਆਰ ਕਰਦੇ, ਕੇਜਰੀਵਾਲ ਸਾਨੂੰ ਦਿੱਲੀ 'ਚ ਪਿਆਰ ਕਰ ਰਹੇ ਆ, ਅਤੇ ਅੱਜ ਪੂਰੀ ਆਸ ਹੈ ਸਾਡੀ ਜਿਹੜੀ ਭਾਈ ਵਾਲੀ ਸਰਕਾਰ ਬਣੂਗੀ ਉਹਦੇ ਭਾਈ ਵਾਲੀ ਸਰਕਾਰ ਨਾਲ ਸਾਨੂੰ ਬਹੁਤ ਵੱਡਾ ਆਉਣਾ ਟਾਈਮ 'ਚ ਬੈਨੀਫਿਟ ਮਿਲਣਾ, ਅਤੇ ਜੇ ਸਾਡੀ ਬਣਦੀ ਸਰਕਾਰ ਬਣਦੀ ਹੈ ਤਾਂ ਅਸੀਂ ਜਿਹੜੇ ਪ੍ਰੋਜੈਕਟ ਨੇ ਇੱਕ ਚੰਗਾ ਹੋਸਪਿਟਲ, ਚੰਗੀ ਐਜੂਕੇਸ਼ਨ ਸਿਸਟਮ ਇੱਥੇ ਪੈਦਾ ਕਰਾਂਗੇ, ਤਾਂ ਕਿ ਲੋਕ ਜਿਵੇਂ ਚੰਡੀਗੜ੍ਹ ਦੀ ਜਿਹੜੀ ਪਾਰਟੀ ਨੂੰ ਤੁਸੀਂ ਛੱਡ ਕੇ ਆਏ ਹੋ, ਉਹਨਾਂ ਦੇ ਹੀ ਉਮੀਦਵਾਰ, ਉਹਨਾਂ ਦੇ ਹੀ ਜਿਹੜੇ ਪ੍ਰਧਾਨ ਹੋਣ ਜਾਂ ਉਹਨਾਂ ਦੇ ਵੀ ਸੀਨੀਅਰ ਲੀਡਰ ਹੋਣ, ਉਹ ਲਗਾਤਾਰ ਆਮ ਆਦਮੀ ਪਾਰਟੀ ਨੂੰ ਕੋਸਦੇ ਹੋ ਨਜ਼ਰ ਆਉਂਦੇ ਨੇ, ਕਹਿੰਦੇ ਕਿ ਕੀਤਾ ਕੁਛ ਨਹੀਂ, ਸਿਰਫ ਜੁਮਲੇਬਾਜ਼ੀਆਂ ਨੇ, ਸਿਰਫ ਦਿਖਾਵੇ ਨੇ, ਸਿਰਫ ਇਹਨਾਂ ਦੇ ਵੱਲੋਂ ਐਡਵਰਟੀਜ਼ਮੈਂਟਸ ਕੀਤੀਆਂ ਗਈਆਂ ਨੇ, ਕਹਿੰਦੇ ਹਕੀਕਤ ਦੇ ਵਿੱਚ ਕੁਛ ਵੀ ਨਹੀਂ ਕੀਤਾ ਗਿਆ। ਮੈਂ ਦੱਸਦਾ ਜੀ, ਜਿਹੜਾ 90% ਲੋਕਾਂ ਨੂੰ ਬਿੱਲ ਜ਼ੀਰੋ ਆਉਂਦਾ ਉਹ ਐਵੇਂ ਹੈ, ਜਿਹੜੇ ਸਕੂਲ ਐਜੂਕੇਸ਼ਨ ਵਧੀਆ ਉਹ ਐਵੇਂ ਹੈ, ਜਿਹੜੇ ਚੰਗੀ ਮੁਹੱਲਾ ਕਲੀਨਿਕ ਮਾਰਨਗੇ, ਲੋਕਾਂ ਨੂੰ ਦਵਾਈ ਫ੍ਰੀ ਮਿਲ ਰਹੀ ਹੈ ਉਹ ਐਵੇਂ ਹੈ। ਅਤੇ ਐਨ ਦਾ ਮਤਲਬ ਜਿਹੜੀ ਓਪੋਜੀਸ਼ਨ ਨੇ ਗੱਲ ਕਰਨੀ ਹੁੰਦੀ ਹੈ, ਜਦੋਂ ਰਿਜ਼ਲਟ ਆਉਣਾ, ਜਦੋਂ 4 ਜੂਨ ਨੂੰ ਰਿਜ਼ਲਟ ਆਉਣਾ, ਇਹਨਾਂ ਦੀ ਜਿਹੜੀ ਜ਼ਮੀਨ ਖਿਸਕ ਜਾਣੀ ਪੂਰੇ ਪੰਜਾਬ 'ਚ, ਅਤੇ ਲੋਕਾਂ ਨੇ ਜਿਹੜਾ ਰਿਜ਼ਲਟ ਦੇਣਾ, ਪੰਜਾਬ ਦਾ ਜਿਹੜਾ ਦੇਣਾ ਲੋਕਾਂ ਨੇ, ਉਹ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਹੱਕ ਦੇਣਾ, ਭਗਵੰਤ ਮਾਨ ਜੀ ਦੇ ਹੱਕ ਦੇਣਾ, ਅਤੇ 13 ਦੀਆਂ 13 ਸੀਟਾਂ ਅਸੀਂ ਜਿੱਤੋਂਗੇ ਇੱਥੇ। ਹਾਲਾਂਕਿ ਜਦੋਂ ਪਾਰਟੀ ਬਦਲ ਕੇ ਦੂਜੀ ਪਾਰਟੀ 'ਚ ਆਓ ਤਾਂ ਸਮਾਂ ਜ਼ਰੂਰ ਲੱਗ ਜਾਂਦਾ ਹੈ ਅਡੈਪਟ ਕਰਨ ਨੂੰ, ਉਹਨਾਂ ਚੀਜ਼ਾਂ ਨੂੰ ਦੇ ਵਿੱਚ ਆਪਣੇ ਆਪ ਨੂੰ ਢਾਲਣ ਦੇ ਵਿੱਚ, ਤਾਂ ਤੁਹਾਨੂੰ ਕੋਈ ਸਮੱਸਿਆ ਹੁਣ ਤੱਕ ਤਾਂ ਨਹੀਂ ਆਈ? ਆਸਾਨੀ ਨਾਲ ਢਾਲ ਲਿਆ ਤੁਸੀਂ? ਦੇਖ ਲਓ ਜੀ, ਬਡਿੰਗ ਸਾਹਿਬ ਸਾਡੇ MLA ਨੇ, 2 ਸਾਲ ਤੋਂ MLA ਢਲਾਈ ਬੈਠੇ ਸੀ, ਮੈਂ ਤਾਂ ਨਵਾਂ ਆਇਆ, ਪਰ ਸਾਡੇ ਭਰਾ ਮੇਰੇ ਲਈ ਕੰਪੇਨ ਕਰ ਰਹੇ ਆ, ਸਾਡਾ ਵਲੰਟੀਅਰ ਹਰ ਪਿੰਡ ਤੁਰਿਆ ਫਿਰਦਾ, ਲੀਡਰ ਸਾਡਾ ਹਰ ਪਿੰਡ ਤੁਰਿਆ ਫਿਰਦਾ, ਕਿਉਂਕਿ ਭਗਵੰਤ ਮਾਨ ਜੀ ਜੋ ਕੰਮ ਹੈ ਅੱਜ ਪੰਜਾਬ ਸਾਰੇ, ਚਾਹੇ ਕੋਈ ਇੰਡਸਟਰੀਅਲਿਸਟ ਭਰਾ ਸੀ, ਚਾਹੇ ਕੋਈ ਵਪਾਰੀ ਹੈ, ਚਾਹੇ ਕੋਈ ਮਜ਼ਦੂਰ ਹੈ, ਅਤੇ ਉਹ ਸਰਕਾਰ ਨੇ ਅੱਜ ਬੈਨੀਫਿਟ ਦਿੱਤਾ ਭਗਵੰਤ ਮਾਨ ਜੀ। ਅਕਸਰ ਇਹ ਹੁੰਦਾ ਕਿ ਜਦੋਂ ਕੋਈ ਹੋਰ ਪਾਰਟੀ ਦਾ ਉਮੀਦਵਾਰ ਲਿਆ ਕੇ ਖੜਾ ਕਰ ਦਿੱਤਾ ਜਾਂਦਾ, ਤਾਂ ਲੋਕਲ ਜਿਹੜੇ ਵਿਧਾਇਕ ਹੁੰਦੇ ਨੇ, ਲੋਕਲ ਲੀਡਰ ਹੁੰਦੇ ਨੇ, ਉਹ ਪੈਰ ਨਹੀਂ ਲੱਗਣ ਦਿੰਦੇ। ਜੇ ਮੈਂ ਗੱਲ ਕਰਾਂ ਸੰਗਰੂਰ ਸੀਟ ਦੀ, ਕਾਂਗਰਸ ਦੇ ਵਿੱਚ ਇਸ ਵੇਲੇ ਜੋ ਹਾਲਾਤ ਹੋਏ ਪਏ ਨੇ ਖਹਿਰਾ 'ਚ, ਕਿਉਂਕਿ ਉੱਥੋਂ ਦੀ ਐਲਾਨੇ ਗਏ ਤਾਂ ਗੋਲਡੀ ਦਾ ਦਰਦ ਝਲਕਿਆ, ਵਿਜੇਇੰਦਰ ਸਿੰਘ ਦਾ ਦਰਦ ਝਲਕਿਆ, ਉੱਥੇ ਹੀ ਪਟਿਆਲਾ ਦੀ ਗੱਲ ਕਰੀਏ ਤਾਂ 9 ਵਿਧਾਇਕਾਂ ਨੇ ਤਾਂ ਚਿੱਠੀ ਤੱਕ ਲਿਖ ਦਿੱਤੀ। ਫਤਿਹਗੜ੍ਹ ਸਾਹਿਬ ਹਲਕੇ ਦੇ ਵਿਧਾਇਕਾਂ ਦਾ ਕੀ ਕਹਿਣਾ, ਕੀ GP ਉਹਨਾਂ ਨੂੰ ਤੁਸੀਂ ਆਪਣੇ ਪਲਕਾਂ 'ਤੇ ਬਿਠਾ ਲਿਆ, ਹੱਥਾਂ 'ਚ ਚੱਕ ਲਿਆ? ਸਰ, ਅਸੀਂ ਨਾ ਫਤਿਹਗੜ੍ਹ ਸਾਹਿਬ ਲੋਕ ਸਭਾ ਵਾਲੇ ਖੁਸ਼ਨਸੀਬ ਬਹੁਤ ਹੈ ਜੀ, ਹਾਲੇ GP ਸਾਹਿਬ ਜੁਆਇਨ ਵੀ ਨਹੀਂ ਹੋਏ ਸੀਗੇ ਆਮ ਆਦਮੀ ਪਾਰਟੀ। ਅਸੀਂ ਬੈਠ ਕੇ ਜਦੋਂ ਚਰਚਾ ਕਰਦੇ ਸੀ ਵੀ ਇਸ ਲੋਕ ਸਭਾ 'ਚੋਂ ਸਭ ਤੋਂ ਵਧੀਆ ਉਮੀਦਵਾਰ ਕੌਣ ਹੋਊਗਾ, ਤਾਂ ਸਰਵਸੰਮਤੀ ਨਾਲ GP ਸਾਹਿਬ ਦਾ ਨਾਮ ਆਉਂਦਾ ਸੀਗਾ। ਉਹਦਾ ਕਾਰਨ ਇਹ ਹੈ ਕਿ GP ਸਾਹਿਬ ਦੀ ਛਵੀ ਬਹੁਤ ਚੰਗੀ ਹੈ, ਕਾਂਗਰਸ ਦੇ ਲੀਡਰਾਂ ਨੇ ਪਿਛਲੀ ਸਰਕਾਰ 'ਚ ਆਪਣਾ ਬਹੁਤ ਆਪਣੀ ਛਵੀ ਨੂੰ ਬਹੁਤ ਨੁਕਸਾਨ ਪਹੁੰਚਾਇਆ, ਪਰ ਉਸ ਸਮੇਂ ਦੇ ਵਿੱਚ ਵੀ GP ਸਾਹਿਬ ਨੇ ਨਾ ਕਿਸੇ ਨਾਲ ਧੱਕਾ ਕੀਤਾ, ਨਰਮਾਈ ਨਾਲ ਚੱਲੇ ਨੇ, ਸਭ ਨਾਲ ਪ੍ਰੇਮ ਪਿਆਰ ਰੱਖਿਆ, ਤਾਂ ਅਸੀਂ ਤਾਂ ਬੜੇ ਖੁਸ਼ਨਸੀਬ ਹਾਂ ਕਿ ਮੇਰੇ ਨਾਲ ਧੱਕਾ ਜ਼ਰੂਰ ਹੋਇਆ ਚੰਨੀ, ਉਹਨਾਂ ਨੇ ਮੇਰੇ ਨਾਲ ਧੱਕਾ ਜ਼ਰੂਰ ਕੀਤਾ। ਮੈਂ ਦੱਸਦਾ, ਚਲੋ ਮੇਰੇ ਨਾਲ ਧੱਕਾ ਹੋਇਆ,
ਜੀ ਮੈਂ ਗੈਰੀ ਜੀ ਨੇ ਦੱਸਿਆ ਬੜੀ ਵੱਡੀ ਹੈ ਨਾ, ਇਹਨਾਂ ਦੇ ਕਹਿਣ 'ਤੇ ਜਿਹੜੀ ਇਹਨਾਂ ਦੀ ਫੀਡਬੈਕ 'ਤੇ ਮੈਨੂੰ ਟਿਕਟ ਮਿਲੀ ਹੈ, ਕਿਉਂਕਿ ਉਹਨਾਂ ਨੇ 9 MLA 'ਤੇ ਪਤਾ ਕੀਤਾ, ਚਾਹੇ ਕੋਈ ਵਲੰਟੀਅਰ ਸੀ, ਚਾਹੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀ, ਜਾਂ ਹੋਰ ਸਰਵੇ 'ਚ, ਅਤੇ ਇਹਨਾਂ ਦੇ ਕਹਿਣ ਨਾਲ ਹੀ ਮੈਨੂੰ ਟਿਕਟ ਦਿੱਤੀ ਹੈ, ਤਾਂ ਹੀ ਸਾਡੇ ਭਰਾ ਜੀ ਅੱਜ ਕੰਪੇਨ ਕਰ ਰਹੇ ਹੈ, ਅਤੇ ਹਰ ਰੋਜ਼ ਜੀ ਕਿਵੇਂ ਦੇਖਦੇ ਹੋ ਚਮਕੌਰ ਸਾਹਿਬ ਤੋਂ ਜਲੰਧਰ ਜਾਣਾ, ਔਰ ਹੁਣ ਅੱਜ ਹੀ ਖਬਰ ਆਈ ਹੈ ਕਿ ਕਰਮਜੀਤ ਕੌਰ ਚੌਧਰੀ ਪਰਿਵਾਰ ਜਿਹੜਾ ਹੈ ਉਹ ਭਾਜਪਾ 'ਚ ਸ਼ਾਮਿਲ ਹੋ। ਐਕਚੁਅਲੀ ਕੀ ਹੈ, ਕਾਂਗਰਸ 'ਚ ਬਹੁਤ ਜ਼ਿਆਦਾ ਇਹ ਬੜੀ ਨਫ਼ਰਤ ਦੀ ਮੈਂ ਰਾਜਨੀਤੀ ਕਹਾਂਗਾ, ਅਤੇ ਜਿਹੜੇ ਰਾਹੁਲ ਗਾਂਧੀ ਜੀ ਨਾਲ ਪੈਦਲ ਯਾਤਰਾ ਜਿਹਦੀ ਡੈਥ ਹੋਈ ਹੋਵੇ ਜਾਂ ਮੌਤ ਹੋਈ ਹੋਵੇ, ਅੱਜ ਉਹਦੇ ਪਰਿਵਾਰ ਨੂੰ ਪਾਰਟੀ ਛੱਡਣੀ ਪੈ ਰਹੀ ਹੈ, ਅਤੇ ਇਸ ਤੋਂ ਆਪੇ ਕੀ ਇਸ ਤੋਂ ਵੱਧ ਕੀ ਕਰ ਸਕਦੇ ਹਾਂ। ਅਤੇ ਆਪਣੇ ਰਾਹੁਲ ਗਾਂਧੀ ਜੀ ਚਾਹੇ ਉਹਨਾਂ ਦੀ ਮੌਤ ਤੋਂ ਬਾਅਦ ਜਦੋਂ ਟਿਕਟ ਦਿੱਤੀ ਗਈ ਕਰਮਜੀਤ ਕੌਰ ਨੂੰ, ਉਹ ਇੱਕ ਵਾਰੀ ਵੀ ਕੰਪੇਨ ਕਰਨ ਲਈ ਆਏ, ਅਤੇ ਦੇਖ ਲਓ ਵੀ ਪਾਰਟੀ ਕਿੱਥੇ ਜਾ ਸਕਦੀ ਹੈ, ਫਿਰ ਪਾਰਟੀ ਕਿਵੇਂ ਰਹੂਗੀ ਜਦੋਂ ਆਪਾਂ ਤੁਹਾਡੇ ਨਾਲ ਸਾਥੀ ਤੁਹਾਡਾ ਉਹਦੀ ਮੌਤ ਹੋ ਜਾਂਦੀ ਹੈ, ਤੁਸੀਂ ਉਹਦੇ ਪਰਿਵਾਰ ਨੂੰ ਪੁੱਛਦੇ ਵੀ ਨਹੀਂ ਗੇ, ਅੱਜ ਤੁਸੀਂ ਹੋਰ ਉਤਾਰ ਦਿੰਦੇ ਹੋ, ਕਦੇ ਚੰਨੀ ਨੂੰ ਲੜਾਉਣ ਦੀ ਭਧਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋ, ਕਦੇ ਚਮਕਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋ, ਕਦੇ ਤੁਸੀਂ ਜੰਦਰ ਭੇਜਦੇ ਹੋ, ਮੇਰੇ ਹਿਸਾਬ ਨਾਲ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰਨਗੇ, ਅਤੇ ਲੋਕ ਮੇਰੇ ਹਿਸਾਬ ਨਾਲ ਬਰੰਗੀ ਮੋੜਨਗੇ। ਹਾਲਾਂਕਿ 2019 'ਚ ਤੁਸੀਂ ਡਾਕਟਰ ਅਮਰ ਸਿੰਘ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਹੋਊਗਾ, ਉਦੋਂ ਉਹਨਾਂ ਵਾਸਤੇ ਤੁਸੀਂ ਵੋਟਾਂ ਵੀ ਮੰਗੀਆਂ ਹੋਣਗੀਆਂ। ਰਾਜਨੀਤੀ ਹਾਲਾਂਕਿ ਕਹਿੰਦੀ ਹੁੰਦੀ ਹੈ ਕਿ ਕੁਛ ਵੀ ਦਿਖਾ ਸਕਦੀ ਹੈ, ਰਾਜਨੀਤੀ ਦੇ ਵਿੱਚ ਕੁਛ ਵੀ ਸੰਭਵ ਹੋ ਸਕਦਾ ਹੈ, ਤਾਂ ਹੁਣ ਡਾਕਟਰ ਅਮਰ ਸਿੰਘ ਨੂੰ ਆਪਣੇ ਸਾਹਮਣੇ ਆਪਣਾ ਓਪੋਜ਼ਿਟ ਉਮੀਦਵਾਰ ਤੁਸੀਂ ਕਿਵੇਂ ਵੇਖਦੇ? ਜਦੋਂ ਮੈਂ ਆਪਣਾ ਚੋਣ ਲੜੀ, ਜਦੋਂ ਜਿਵੇਂ ਤੁਸੀਂ ਗੱਲ ਕੀਤਾ ਮੇਰਾ ਮੈਨੂੰ ਟਿਕਟ ਹੀ ਦਿੱਤੀ ਗਈ, ਉਹ ਤੋਂ ਬਾਅਦ ਮੇਰੀ ਮਤਲਬ ਵਿਰੋਧਤਾ ਵੀ ਕੀਤੀ ਗਈ ਹੈ ਵੱਡੇ ਵੱਡੇ ਪਰਿਵਾਰਾਂ 'ਚੋਂ। ਜਦੋਂ ਮੈਂ ਇੱਥੇ ਇਲੈਕਸ਼ਨ ਲੜ ਰਿਹਾ ਸੀ ਤਾਂ ਮੈਂਬਰ ਪਾਰਲੀਮੈਂਟ ਮੇਰੇ ਇੱਕ ਦਿਨ ਵੀ ਨਹੀਂ ਆਇਆ, ਕੋਈ ਸਾਡੀ ਸਾਥੀ ਇੱਕ ਦਿਨ ਵੀ ਸਪੋਰਟ ਨਹੀਂ ਕਰਨ ਆਏ, ਅਤੇ ਅੱਜ ਮੈਨੂੰ ਟਿਕਟ ਮਿਲੀ ਆ ਆਮ ਆਦਮੀ ਪਾਰਟੀ। ਦੇਖੋ ਮੇਰੇ ਭਰਾ ਸਕਿਆਂ ਭਰਾਵਾਂ ਤੋਂ ਬਾਅਦ ਮੇਰੇ ਦੋਸਤ, ਆਪਣੇ ਸਾਰੇ MLA ਦੋਸਤਾਂ ਵਾਂਗੂ, ਮੇਰੇ ਮਿੱਤਰਾਂ ਵਾਂਗੂ ਪਾਰਟੀ, ਅਤੇ ਅੱਜ ਪੂਰੀ ਪਾਰਟੀ ਮੇਰੇ ਲਈ ਰਾਤ ਦਿਨ ਇੱਕ ਕਰ ਰਹੀ ਹੈ। ਸਾਨੂੰ ਪੂਰੀ ਆਸ ਹੈ ਜੀ ਮੈਂ ਅਮਲੋਚ ਜੀ ਵੱਧ ਤੋਂ ਵੱਧ ਬਹੁਤ ਵਧੀਆ ਫਰਕ ਨਾਲ ਜਿੱਤਾਂਗੇ, ਵੈਸੇ ਤਾਂ 9 ਹਲਕੇ ਜੀ ਆਪਾਂ ਜਿੱਤਾਂਗੇ। ਅਮਲੋ ਅੱਜ ਕੰਪੇਨ ਕਰ ਰਹੇ ਹਾਂ ਅਤੇ ਬਹੁਤ ਵਧੀਆ ਰਿਸਪੋਂਸ, ਪਿੱਛੇ ਕਦੇ ਵੀ ਇੰਨੇ ਪਿੰਡ 'ਚ ਇੰਨਾ ਰਿਸਪੋਂਸ ਨਹੀਂ, ਕਦੇ ਵੀ ਮੈਂ ਚੋਣਾਂ ਲੜੀਆਂ, ਪਰ ਜੋ ਮੈਂ 2-3 ਫੰਕਸ਼ਨ ਕੀਤੇ, 3 ਪਿੰਡਾਂ 3 ਫੰਕਸ਼ਨ, ਬਹੁਤ ਵਧੀਆ ਰਿਸਪੋਂਸ। ਕੀ ਲੱਗਦਾ ਡਾਕਟਰ ਅਮਰ ਸਿੰਘ ਉਹਨਾਂ ਦੇ, ਤੁਹਾਨੂੰ ਇੱਥੇ ਕੀ ਨੈਗੇਟਿਵ ਪੁਆਇੰਟਸ ਨਜ਼ਰ ਆਏ, ਔਰ ਤੁਸੀਂ ਲੋਕਾਂ ਦੇ ਵਿੱਚ ਗਹਿਰੀ ਕੀ ਲੈ ਕੇ ਜਾ ਰਹੇ ਹੋ? ਕਿਉਂਕਿ ਲੋਕ ਤਾਂ ਇਹ ਕਹਿੰਦੇ ਹੁੰਦੇ ਕਿ ਭਾਵੇਂ MP ਅਸੀਂ ਚੁਣ ਲੈਂਦੇ ਹਾਂ ਪਰ ਸਾਡੇ ਵਿੱਚ ਆਉਣਾ ਜਾਣਾ ਚਾਹੀਦਾ, ਔਰ ਡਾਕਟਰ ਅਮਰ ਸਿੰਘ ਬਾਰੇ ਚਰਚਾ ਚੱਲਦੀ, ਕਹਿੰਦੇ ਕਿ ਲੋਕਾਂ ਦੇ ਵਿੱਚ ਉਹ ਘੱਟ ਮਿਲਦੇ ਜੁਲਦੇ ਰਹੇ। ਦੇਖੋ ਜੀ, ਡਾਕਟਰ ਅਮਰ ਸਿੰਘ ਨੇ ਜਿਹੜੇ ਉਹ ਅਫਸਰ ਆਦਮੀ ਨੇ ਜੀ, ਬਣੇ ਬਣਾਏ ਲੀਡਰ ਆਏ ਸੀਗੇ, ਲੋਕਾਂ ਨਾਲ ਕੋਈ ਕਨੈਕਟ ਨਹੀਂ, ਕਾਂਗਰਸ ਦੇ ਵਰਕਰਾਂ ਨਾਲ ਕੋਈ ਕਨੈਕਟ ਨਹੀਂ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ 3 ਦਿਨ ਪਹਿਲਾਂ ਗੋਬਿੰਦਗੜ੍ਹ ਦੇ 3 ਕਾਂਗਰਸੀ ਜਿਹੜੇ ਆਪਣੇ ਕੌਂਸਲਰ ਨੇ, ਉਹ ਕੌਂਸਲਰ ਪਹਿਲਾਂ ਸਾਡੇ ਕੋਲ ਵੀ ਆਏ ਸੀ, ਸਾਡੀਆਂ ਮਜਬੂਰੀਆਂ ਹੋ ਗਈਆਂ, ਸਾਡੇ ਬੰਦਿਆਂ ਨੇ ਨਹੀਂ ਐਕਸੈਪਟ ਕੀਤੇ, ਉਹ ਡਾਕਟਰ ਅਮਰ ਸਿੰਘ ਨੂੰ ਦੁਬਾਰਾ ਟਿਕਟ ਮਿਲਣ ਦੇ ਦੁੱਖ ਦੇ ਵਿੱਚ ਉਹ BJP ਜੁਆਇਨ ਕਰ ਗਏ। ਤਾਂ ਕਾਂਗਰਸ ਦੇ ਵਰਕਰਾਂ ਦੇ ਵਿੱਚ ਡਾਕਟਰ ਅਮਰ ਸਿੰਘ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਹੈ, ਲੋਕਾਂ ਨਾਲ ਕੋਈ ਕਨੈਕਟ ਨਹੀਂ, ਪਿੰਡਾਂ 'ਚ ਕਦੇ ਆਏ ਨਹੀਂ, ਤਾਂ ਉਹ ਤਾਂ ਬਿਲਕੁਲ ਹੀ ਨਕਾਰੇ ਹੋਏ ਲੀਡਰ ਸਾਬਤ ਹੋਏ ਨੇ। ਅਕਾਲੀ ਦਲ ਜਾਂ ਫਿਰ BJP ਦੇ ਉਮੀਦਵਾਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? BJP ਨੇ ਹਾਲਾਂਕਿ ਅਜੇ ਅਨਾਊਂਸ ਕਰਨਾ ਹੈ ਬਿਕਰਮ ਸਿੰਘ ਖਾਲਸਾ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ, ਇੱਕ ਵਾਰ ਵਿਧਾਇਕ ਵੀ ਰਹਿ ਚੁੱਕੇ ਨੇ, ਕੋਈ ਕੰਪੀਟੀਸ਼ਨ ਨਜ਼ਰ ਆਉਂਦਾ GP ਤੁਹਾਨੂੰ? ਐਕਚੁਅਲੀ ਕੀ ਹੈ ਜੀ, ਜਿਵੇਂ ਗਵਰਨਮੈਂਟ ਨੇ ਕੰਮ ਕੀਤੇ ਹੈ, ਕਿਉਂਕਿ ਅਕਾਲੀ ਦਲ ਨੇ ਵੀ ਇੱਥੇ ਰਾਜ ਕੀਤਾ, ਕਾਂਗਰਸ ਨੇ ਰਾਜ ਕੀਤਾ, ਜੋ 2 ਸਾਲ ਦੇ ਭਗਵੰਤ ਮਾਨ ਜੀ ਦੀ ਕਾਰਜਕਾਰੀ ਹੈ, ਅਤੇ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਚੀਜ਼ ਦਾ, ਪੰਜਾਬ ਲੋਕਾਂ ਨੂੰ
ਬਹੁਤ ਵੱਡਾ ਬੈਨੀਫਿਟ ਸਰਕਾਰ ਨੇ ਮਿਲਿਆ। ਲਾਅ ਐਂਡ ਆਰਡਰ, ਨਸ਼ਾ, ਇਹ ਤਮਾਮ ਚੀਜ਼ਾਂ ਦੇ ਉੱਤੇ ਤਾਂ ਸਰਕਾਰ ਨੂੰ ਅਜੇ ਵੀ ਕੀ ਅਧੇ ਨਜ਼ਰ ਆਉਂਦੇ ਕੀ ਹੈ ਜੀ? ਹਲੇ ਨਾ 2 ਸਾਲ ਗਵਰਨਮੈਂਟ ਦੇ ਹੋਏ, ਇਹ ਟਾਈਮ ਲੱਗਦਾ ਜ਼ਰੂਰ ਹੈ। ਤੁਹਾਨੂੰ ਦੱਸਾਂ ਆਉਣ ਵਾਲੇ ਟਾਈਮ 'ਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਖਤਮ ਹੋਣਗੀਆਂ, ਕਿਉਂਕਿ ਜਦੋਂ 2 ਸਾਲ ਦੇ ਵਿੱਚ ਜਿਹੜਾ ਸਿਸਟਮ ਹੁੰਦਾ, ਜਦੋਂ ਆਪਾਂ ਇੰਨੀ ਦੇਰ ਤੋਂ ਸਿਸਟਮ ਖਰਾਬ ਚੱਲਿਆ ਆ ਰਿਹਾ ਹੈ ਤਾਂ ਇਹਨੂੰ ਟਾਈਮ ਲੱਗਦਾ। ਮੇਰੇ ਹਿਸਾਬ ਨਾਲ ਸਾਲ ਕੁ ਹੋਰ ਲੱਗੂਗਾ ਇਹ ਪੰਜਾਬ ਨੂੰ ਪੂਰੇ ਲਿਆਉਣ 'ਤੇ ਲਿਆਉਣ। ਕਾਂਗਰਸ ਦਾ ਕੀ ਭਵਿੱਖ ਨਜ਼ਰ ਆਉਂਦਾ ਪੰਜਾਬ ਦਾ? ਉਹਦਾ ਕਾਂਗਰਸ ਪਾਰਟੀ ਦਾ, ਕਾਂਗਰਸ ਪਾਰਟੀ ਦਾ ਸਾਰਾ 0 ਹੀ ਆਊਗਾ ਪੂਰੇ ਪੰਜਾਬ 'ਚ। ਇੱਥੇ 4 ਨੰਬਰ 'ਤੇ ਫਤਿਹਗੜ੍ਹ ਸਾਹਿਬ ਲੋਕ ਸਭਾ 'ਚ ਭਾਜਪਾ ਤਾਂ ਕਹਿੰਦੇ ਕਿ 0-13 ਕਰਾਂਗੇ ਅਸੀਂ। 0 ਆਪਦਾ ਕਹਿੰਦੇ ਨੇ ਜੀ, ਉਹ 0 ਆਪਦਾ ਕਹਿੰਦੇ ਆ ਜਿਨ੍ਹਾਂ ਦੇ ਪਰਿਵਾਰ ਵਿੱਚ ਇੱਕ ਪੌੜੀ BJP ਨੂੰ ਜਾ ਰਹੀ ਹੈ, ਇੱਕ ਪੌੜੀ ਕਾਂਗਰਸ ਨੂੰ ਜਾ ਰਹੀ ਹੈ। ਜਦੋਂ ਆਪਦੇ ਪਰਿਵਾਰ ਵਿੱਚ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ, ਤੁਸੀਂ ਪੰਜਾਬ ਦੀ ਕਿਵੇਂ ਗੱਲ ਕਰ ਸਕਦੇ ਹੋ? ਹਾਲਾਂਕਿ ਅਕਾਲੀ ਵੀ ਕਹਿੰਦੇ ਪੰਜਾਬ ਅਸੀਂ ਬਚਾਉਣਾ, ਪੰਜਾਬ ਬਚਾਓ ਯਾਤਰਾ ਵੀ ਕਰ ਰਹੇ ਨੇ, ਔਰ ਕਹਿੰਦੇ ਸਾਡਾ ਅਲਾਇੰਸ ਪੰਜਾਬ ਨਾਲ, ਅਸੀਂ BJP ਨਾਲ ਅਲਾਇੰਸ ਨਹੀਂ ਕੀਤਾ। ਐਕਚੁਅਲੀ ਕੀ ਹੈ ਜੀ, ਆਪਣਾ ਤੁਹਾਨੂੰ ਪਤਾ ਹੀ ਹੈ ਅੱਜ ਜਿਹੜੀ ਵੀ 13 ਸੀਟਾਂ ਲੜ ਰਹੇ ਅਕਾਲੀ ਦਲ, ਪਰ 13 ਦੀ 13 ਸੀਟਾਂ ਜਿਵੇਂ ਸਾਡੇ ਫਤਿਹਗੜ੍ਹ ਸਾਹਿਬ, ਅਤੇ ਮੇਰੇ ਹਿਸਾਬ ਨਾਲ ਇਹ 3 ਅਤੇ 4 'ਤੇ ਰਹਿਣਗੇ। ਤਾਂ ਚੋਣ ਪ੍ਰਚਾਰ ਕਰਨ ਦੇ ਲਈ ਵੱਖ ਵੱਖ ਪਿੰਡਾਂ ਦੇ ਵਿੱਚ ਲਗਾਤਾਰ ਗੁਰਪ੍ਰੀਤ ਸਿੰਘ GP ਹੋਣੀ ਪਹੁੰਚ ਰਹੇ ਨੇ, ਜੋ ਇੱਥੋਂ ਦੇ ਪਿੰਡ ਵਾਸੀ ਨੇ ਉਹਨਾਂ ਦੇ ਪ੍ਰੋਗਰਾਮ ਰੱਖੇ ਹੋਏ ਨੇ, ਇੱਥੇ ਉਹਨਾਂ ਨੂੰ ਸੰਬੋਧਨ ਕੀਤਾ ਜਾਣਾ ਹੈ, ਔਰ ਨਾਲ ਹੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਲੋਕਾਂ ਦੇ ਨਾਲ ਸਾਂਝੇ ਕੀਤੇ ਜਾਣੇ। GP ਮੈਂ ਕਹਿੰਦਾ ਸਭ ਤੋਂ ਪਹਿਲਾਂ ਲੋਕਾਂ ਤੋਂ ਹੀ ਪੁੱਛ ਲਈਏ, ਕਿਉਂਕਿ ਹੈਗੇ ਤਾਂ ਤੁਹਾਡੀ ਪਾਰਟੀ ਦੇ ਹੀ ਹੈ ਇਹ, ਪਰ ਅਕਸਰ ਲੋਕਾਂ ਨੂੰ, ਵਲੰਟੀਅਰਸ ਨੂੰ ਇਹ ਦਿੱਕਤ ਰਹਿੰਦੀ ਹੈ, ਸ਼ਿਕਾਇਤਾਂ ਰਹਿੰਦੀਆਂ ਨੇ ਕਿ ਸਾਡੇ ਲੀਡਰ ਸਾਡੇ ਵਿੱਚ ਆਉਂਦੇ ਨਹੀਂ ਹੈ, ਸੁਣਦੇ ਨਹੀਂ ਹੈ। ਤੁਸੀਂ ਜੇ ਹੁਣ ਇੱਥੋਂ ਦੀ MP ਚੁਣ ਕੇ ਇਹਨਾਂ ਨੂੰ ਭੇਜਣਾ ਤਾਂ ਤੁਹਾਡੀਆਂ ਉਮੀਦਾਂ ਕੀ ਰਹਿਣਗੀਆਂ ਇਹਨਾਂ ਤੋਂ? ਸਾਡੀਆਂ ਉਮੀਦਾਂ ਇਹ ਨੇ ਜੀ ਵੀ ਸਾਨੂੰ ਅੱਜ ਤੱਕ ਕੋਈ ਵਧੀਆ MP ਮਿਲੇ ਨਹੀਂ ਸੀਗਾ, ਇਹ ਪਹਿਲਾਂ MLA ਵੀ ਰਹੇ ਨੇ ਅਤੇ ਇਹਨਾਂ ਨੂੰ ਪਤਾ ਇਹ ਸਾਰੀਆਂ ਚੀਜ਼ਾਂ ਦਾ, ਅਤੇ ਸਾਡੇ ਹਲਕੇ ਬਾਰੇ ਪੂਰਾ ਜਾਣੂ ਨੇ ਇਹ। ਸਾਨੂੰ ਬਹੁਤ ਉਮੀਦਾਂ ਨੇ, ਸਾਡੇ ਉਮੀਦਾਂ ਦੇ ਖਰੇ ਉਤਰਨਗੇ ਜੀ ਇਹ। ਹੁਣ ਤਾਂ ਇੱਥੇ ਪਹੁੰਚੇ ਹੋਏ ਨੇ, ਤਾਂ ਇਹ ਵੀ ਹੁੰਦਾ ਕਿ ਮੌਕਾ ਹੀ ਹੁੰਦਾ ਕਿ ਬੰਦੇ ਤੋਂ ਜੋ ਮਰਜ਼ੀ ਕੰਮ ਪਹਿਲਾਂ ਹੀ ਵਾਅਦੇ ਲੈ ਲਓ, ਦਾਅਵੇ ਲੈ ਲਓ, ਤਾਂ ਕੀ ਕੁਛ ਵਾਅਦੇ ਤੁਸੀਂ ਲੈਣਾ ਚਾਹੁੰਦੇ ਇਹਨਾਂ ਤੋਂ? ਨਹੀਂ, ਬਹੁਤ ਵਧੀਆ ਕੰਮ ਹੋ ਰਿਹਾ ਜੀ, ਸਾਰੇ ਸਾਡੇ MLA ਸਾਹਿਬ ਵੀ ਸਾਡੇ ਨਾਲ ਨੇ, ਸਾਡੇ ਫੋਨ ਫਾਨ ਜੋ ਵੀ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ ਸਾਡੇ ਨਾਲ ਰਹਿੰਦੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੇ ਹਲਕੇ 'ਚ ਰਹਿੰਦੇ ਨੇ, ਸਭ ਤੋਂ ਵੱਡੀ ਗੱਲ ਆ। ਜਦੋਂ ਮਰਜ਼ੀ ਕੋਠੀ ਚਲੇ ਜਾਈਏ ਅਸੀਂ, ਸਾਨੂੰ ਹਰ ਟਾਈਮ ਮਿਲਦੇ ਨੇ, ਇੱਦਾਂ ਦਾ ਸਾਨੂੰ ਕੋਈ ਵੀ MLA ਨਹੀਂ ਮਿਲਿਆ ਹੈਗਾ ਵੀ ਅਸੀਂ ਬਿਨਾਂ ਫੋਨ ਕਰੇ ਚਲੇ ਜਾਈਏ, ਸਾਰ ਹਰ ਵਕਤ ਸਾਡੇ 'ਚ ਹਾਜ਼ਰ ਰਹਿੰਦੇ ਨੇ। ਮੰਗਾਂ ਕੀ ਨੇ ਮੁੱਖ ਤੌਰ ਦੇ ਉੱਤੇ, ਜੇ ਮੈਂ ਮੰਗਾਂ ਦੀ ਗੱਲ ਕਰਾਂ, ਇੱਥੇ ਦੇ ਸਥਾਨਕ ਇਸ਼ੂਜ਼ ਦੀ ਗੱਲ ਕਰਾਂ, ਕੀ ਤੁਹਾਨੂੰ ਕੀ ਲੱਗਦਾ ਕਿ ਮੁੱਦੇ ਕਿਹੜੇ ਕਿਹੜੇ ਇੱਥੇ? ਮੰਗਾਂ ਤਾਂ ਜਿਵੇਂ ਆ ਜੀ, ਸਾਡੇ ਆਲੂ ਵਾਲੀ ਬੈਲਟ ਆ ਜ਼ਿਆਦਾਤਰ, ਉਹਦੇ ਲਈ ਕੋਈ ਨਾ ਕੋਈ ਕਾਰਖਾਨਾ ਜਾਂ ਕੋਈ ਵਧੀਆ ਬਣਾਇਆ ਜਾਊਗਾ, ਉਹ ਅਸੀਂ ਮੰਗ ਕਰਾਂਗੇ। ਪਹਿਲਾਂ ਫਿਲਹਾਲ ਤਾਂ ਅਸੀਂ ਇਹਨਾਂ ਨੂੰ MP ਬਣਾ ਲਈਏ ਜੀ, ਉਸ ਤੋਂ ਬਾਅਦ ਇਹਨਾਂ ਤੋਂ ਮੰਗਾਂ ਸਾਹਿਬ ਵੀ ਵੱਡੀਆਂ ਅਨਾਊਂਸਮੈਂਟਾਂ ਕਰਕੇ ਗਏ ਜੀ। ਬਿਲਕੁਲ, ਜੋ CM ਨੇ ਕਿਹਾ ਉਹ ਕਰਕੇ ਜਾਣਗੇ, ਸਾਨੂੰ ਪੂਰੀ ਉਮੀਦ ਹੈ ਜੀ। ਚਲੋ, ਉੱਥੇ ਜੀ ਗੜੇ ਵੀ ਪਏ, ਹਨੇਰੀਆਂ ਵੀ ਚੱਲੀਆਂ, ਸਾਡਾ ਇੱਕ ਜਿਹੜਾ ਵਰਕਰ ਸੀ, ਲੀਡਰ ਸੀ, ਜਿਹੜੇ ਪੰਜਾਬ ਦੇ ਲੋਕ ਸੀਗੇ ਸਾਡੇ ਫਤਿਹਗੜ੍ਹ ਜ਼ਿਲ੍ਹੇ ਤੋਂ, ਸਾਡੇ ਲੋਕ ਸਭਾ ਤੋਂ, ਕੋਈ ਵੀ ਉੱਥੋਂ ਉੱਠ ਕੇ ਨਹੀਂ ਗਿਆ, ਕਿਉਂਕਿ ਇਹ ਕੱਲ੍ਹ ਲੋਕ ਹੀ ਕਹਿੰਦੇ ਇਹ ਹੈਰਾਨ ਸੀਗਾ ਨਹੀਂ, ਦੂਜੇ ਮੁੱਖ ਮੰਤਰੀ ਗੱਡੀ 'ਚ ਬਹਿ ਕੇ ਨਿਕਲ ਜਾਂਦੇ ਸੀ, ਇੱਕ ਭਗਵੰਤ ਮਾਨ ਮੁੱਖ ਮੰਤਰੀ ਹੈ ਜੀ ਜਿਹੜੇ ਕੱਲ੍ਹ ਪੂਰਾ ਵੀ ਮੈਂ ਗੱਲ ਕਰਕੇ ਜਾਵਾਂਗਾ ਲੋਕਾਂ ਨੂੰ, ਮੈਂ ਇੱਦਾਂ ਨਹੀਂ ਜਾਵਾਂਗਾ, ਕਿਉਂਕਿ ਸਿਕਿਉਰਿਟੀ ਦੀਆਂ ਹੁੰਦੀਆਂ ਵੀ ਜਿਹੜੇ ਡਿਪਾਰਟਮੈਂਟ ਜਾਂ ਪੁਲਿਸ ਜਿਹੜੇ ਹੁੰਦੇ, ਪੁਲਿਸ ਵਾਲੇ ਹੁੰਦੇ, ਉਹ ਕਹਿੰਦੇ ਵੀ ਆਪਾਂ ਆਪਣੇ ਚੀਫ ਮਿਨਿਸਟਰ ਸਾਹਿਬ ਨੂੰ ਲੈ ਕੇ ਜਾਈਏ ਵੀ ਸੇਫ ਕੱਢ ਲਈਏ, ਪਰ ਗੱਲ ਸਹੀ ਮਹੀਨਿਆਂ 'ਚ ਕੱਲ੍ਹ ਉਹ ਕਹਿੰਦੇ ਮੈਂ ਪਹਿਲਾਂ ਲੋਕਾਂ ਨੂੰ ਸੁਣ ਕੇ ਜਾਊਂਗਾ ਅਤੇ ਲੋਕਾਂ ਕੋਲ ਗੱਲ ਕਰਕੇ ਜਾਊਂਗਾ ਵੀ ਜੋ ਮੈਂ ਕੀਤੇ ਕੰਮ, ਇਹ ਬੜੀ ਵੱਡੀ ਗੱਲ ਹੈ। ਉਹ ਬਹੁਤ ਦਲੇਰ ਨੇ ਚੀਫ ਮਿਨਿਸਟਰ ਪੰਜਾਬ ਵੱਲ ਆਉਣ ਲਈ, ਪੰਜਾਬ ਲਈ ਬਹੁਤ ਵਧੀਆ ਉਹ ਕੰਮ ਕਰ ਰਹੇ। ਸਾਹਿਬ ਗੈਰੀ ਹੁਣੀ ਦੱਸ ਰਹੇ ਸੀ ਕਹਿੰਦੇ ਅਕਾਲੀਆਂ ਦਾ ਇਹ ਪਿੰਡ ਹੈ, ਤਾਂ ਅਕਾਲੀ ਵੀ ਹੁਣ ਇੱਧਰਲੇ ਪਾਸੇ ਨੂੰ ਸ਼ਿਫਟ ਹੋ ਰਹੇ ਸਾਰੇ ਜੀ? ਸਾਰੇ ਸਾਰੇ ਸਾਰੇ
ਅਕਾਲੀ ਦਲ ਚ ਸੀਗਾ ਜੀ। ਤੁਸੀਂ ਵੀ ਅਕਾਲੀ? ਮੈਂ ਖੁਦ ਅਕਾਲੀ ਦਲ ਚ ਸੀਗਾ ਜੀ, ਮੇਰਾ ਪਿੰਡ ਮਾਨਗੜ੍ਹ ਹੈ। ਮੈਂ ਸਾਰਾ ਪਿੰਡ ਹੀ ਸਾਡਾ ਇਸ ਵਾਰ, ਬੜੀ ਖੁਸ਼ੀ ਨਾਲ ਦੱਸਣ ਦੀ ਗੱਲ ਹੈ ਵੀ ਇਸ ਵਾਰ ਅਕਾਲੀ ਦਲ ਦਾ ਬੂਥ ਵੀ ਨਹੀਂ ਲੱਗਣਾ ਸਾਡੇ ਪਿੰਡ ਦੇ ਵਿੱਚ ਜੀ। ਕਹਿੰਦੇ ਪੰਜਾਬ ਬਚਾਉਣਾ, ਬਸ ਜੀ ਬਚ ਗਏ, ਉਹਨਾਂ ਨੇ ਬਹੁਤ ਬਚਾ ਲਿਆ। ਹੁਣ ਸਹੀ ਪੰਜਾਬ ਤਾਂ ਹੁਣ ਸਹੀ ਮਿਆਨੇ ਦੇ ਭਗਵੰਤ ਮਾਨ ਜੀ ਵਿਚਾਰ ਰਹੇ ਆ। ਇਹ ਦੋਨੋਂ ਪਾਰਟੀ ਤੋਂ ਖਿਹੜਾ ਛੁਡਾ ਕੇ ਅੱਜ ਇਹ ਸਾਡੇ ਮੁੱਖ ਮੰਤਰੀ ਸਾਹਿਬ ਲੱਗੇ ਵੇ ਕੰਮ। ਬਿਲਕੁਲ ਜੀ, ਤੁਸੀਂ ਪ੍ਰਚਾਰ ਕਰੋ ਆਪਣਾ। ਤਾਂ ਇਹ ਤਸਵੀਰਾਂ ਨੇ ਇਸ ਵੇਲੇ ਗੁਰਪ੍ਰੀਤ ਜੀਪੀ ਹੋਣੀ ਪ੍ਰਚਾਰ ਕਰ ਰਹੇ ਨੇ, ਔਰ ਲਗਾਤਾਰ ਜਿਹੜੀ ਇਹਨਾਂ ਦੀ ਇਲੈਕਸ਼ਨ ਦੀਆਂ ਤਿਆਰੀਆਂ ਨੇ, ਜੋ ਇਹਨਾਂ ਦਾ ਰੂਟ ਹੈ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਤਾਂ ਤਸਵੀਰਾਂ ਪਿੰਡ ਦੀਆਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ।